ਪੰਜਾਬ ਦੇ ਵਿੱਚ ਪਨਬਸ ਅਤੇ ਪੀਆਰਟੀਸੀ ਮੁਲਾਜ਼ਮਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਅੱਜ ਗੇਟ ਰੈਲੀ ਕੀਤੀ, ਜਿਸ ਦੇ ਚਲਦੇ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਦੇ ਵਿੱਚ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ। ਬਟਾਲਾ ਡਿਪੂ ਦੇ ਪ੍ਰਧਾਨ ਪਰਮਜੀਤ ਸਿੰਘ ਕੁਮਾਰ ਅਤੇ ਬਲਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਾਡੀ ਨਾਲ ਕਈ ਮੀਟਿੰਗਾਂ ਕੀਤੀਆਂ ਅਤੇ ਸਾਨੂੰ ਆਸ਼ਵਾਸਨ ਵੀ ਦਿੱਤਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਏਗਾ, ਲੇਕਿਨ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਜੋ ਐਕਟ ਪਾਸ ਕੀਤਾ ਉਸਦੇ ਤਹਿਤ ਅਸੀਂ ਪੱਕੇ ਨਹੀਂ ਹੋ ਸਕਦੇ, ਫਿਰ ਕਿਸ ਹਿਸਾਬ ਨਾਲ ਸਰਕਾਰ ਸਾਨੂੰ ਪੱਕਾ ਕਰੇਗੀ। ਉਹਨਾਂ ਨੇ ਕਿਹਾ ਕਿ ਇਸ ਦੇ ਖਿਲਾਫ ਅਸੀਂ 23 ਨਵੰਬਰ ਨੂੰ ਅਣਸਿੱਖੇ ਸਮੇਂ ਲਈ ਹੜਤਾਲ ਕਰਨ ਜਾ ਰਹੇ ਅਤੇ 24 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘੇਰਾਵ ਕੀਤਾ ਜਾਏਗਾ। ਉਹਨਾਂ ਨੇ ਕਿਹਾ ਕਿ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਟਰਾਂਸਪੋਰਟਾਂ ਤੋਂ ਮੋਟਾ ਮੁਨਾਫਾ ਹੁੰਦਾ ਹੈ ਅਤੇ ਜੋ ਬੱਸਾਂ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਹਨ ਉਹਨਾਂ ਨੂੰ ਬੰਦ ਕਰਕੇ ਸਰਕਾਰ ਨੂੰ ਮੋਟਾ ਮੁਨਾਫਾ ਹੋਏਗਾ। ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਕਿ ਸਾਨੂੰ ਪੱਕਾ ਕੀਤਾ ਜਾਵੇ, 10,000 ਬੱਸਾਂ ਹੋਰ ਪਾਈਆਂ ਜਾਣ ਜਿਸ ਕਰਕੇ ਸਰਕਾਰ ਨੂੰ ਮੁਨਾਫਾ ਹੋ ਸਕੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ, ਲਾਈਵ ਭਾਰਤ। ਵੇਖੋ ਜੀ, ਰਾਜਾ ਵੜਿੰਗ ਅਤੇ ਮੁੱਖ ਮੰਤਰੀ ਸਾਹਿਬ ਅੱਜ ਕੱਲ੍ਹ ਟਰਾਂਸਪੋਰਟ ਦੇ ਸਿਰ 'ਤੇ ਹੀਰੋ ਬਣ ਗਏ ਆ ਕਿ 1 ਕਰੋੜ ਦਾ ਵਾਧਾ ਹੋਇਆ ਵਾ ਅਤੇ ਜਿਹੜੇ ਬੰਦੇ ਆ 15-15 ਸਾਲ ਤੋਂ ਰੁਲ ਰਹੇ ਆ, ਕੋਈ ਉਹਨਾਂ ਵੱਲ ਧਿਆਨ ਨਹੀਂ ਦਿੱਤਾ ਜਿੱਦਾਂ ਕਿ ਇਹਨਾਂ ਨੂੰ ਪੱਕਾ ਕੀਤਾ। ਹੁਣ ਵੀ ਜਿਹੜਾ ਵਾ ਐਕਟ ਬਣਿਆ ਵਾ, ਇਹਨਾਂ ਨੇ PRTC ਅਤੇ ਇੱਕ ਪਨਬਸ ਜਿਹੜੀ ਇੱਕ ਕੰਪਨੀ ਕੱਢ ਦਿੱਤੀ ਆ, ਕੰਪਨੀ ਨੂੰ ਵਿੱਚ ਐਕਟ ਦੇ ਵਿੱਚ ਨਹੀਂ ਲਿਆ ਅਤੇ ਸਾਨੂੰ ਇਹ ਕਹਿ ਰਹੇ ਆ ਕਿ ਤੁਸੀਂ ਤੁਹਾਡਾ ਤੁਹਾਨੂੰ ਪੱਕਿਆਂ ਕਰ ਦਾਂਗੇ। ਕਿਹੜੇ ਤਰੀਕੇ ਨਾਲ ਪੱਕਿਆਂ ਕਰ ਦੇਣਗੇ ਜਦੋਂ ਸਾਨੂੰ ਐਕਟ 'ਚ ਨਹੀਂ ਲਿਆ? ਇਸ ਕਰਕੇ ਪਿੱਛੇ ਹੁਣ ਗੱਡੀਆਂ ਵਾ, ਗੱਡੀਆਂ 550 ਜਿਹੜੀ ਸਾਨੂੰ ਆਉਣੀ ਆ, 400 ਗੱਡੀ ਦੇ ਨਾਲ ਕੰਡਮ ਕਰਤੀ, ਸਾਡਾ ਤਾਂ ਥਲੀਟ ਪੂਰਾ ਹੀ ਨਹੀਂ ਹੁਣ ਦੇਣ ਦੇ ਗੱਡੀਆਂ ਦਾ। ਅਸੀਂ ਤਾਂ 10,000 ਪਬਲਿਕ ਦੇ ਹਿਸਾਬ ਨਾਲ ਗੱਡੀ ਮੰਗੀ ਇਹਨਾਂ ਕੋਲ, ਔਰ ਅਸੀਂ ਆਖਿਆ ਕਿ 2407 ਹੀ ਕਰ ਦਿਓ। ਹੁਣ ਜਿਹੜੀ 400 ਗੱਡੀ ਇਹਨਾਂ ਕੰਡਮ ਕਰਤੀ, ਜੇ 500 ਦੇਣੀ ਆ ਸਾਨੂੰ ਤਾਂ ਉਹ 400 ਤੇ ਕੰਡਮ ਕਰਤੀ, ਅਤੇ ਇੰਨੀ ਰਾਹ ਦੇ ਵਿੱਚ ਸਵਾਰੀ ਆ ਔਰ ਕਨੈਕਟਰਾਂ ਡਰਾਈਵਰਾਂ ਦੀ ਰੋਜ਼ ਲੜਾਈ ਝਗੜਾ ਹੁੰਦਾ ਵਾ, ਕਿਉਂਕਿ 100-150 ਸਵਾਰੀ ਤਾਂ ਇੱਥੋਂ ਚੜ ਜਾਂਦੀ ਆ ਤਾਂ ਅਸੀਂ ਰਸਤੇ 'ਚ ਕਿੱਦਾਂ ਬ੍ਰੇਕਾਂ ਮਾਰੀਏ? ਫਿਰ ਪ੍ਰੈਸ ਵਾਲੇ ਵੀ ਚਲੋ ਸਾਨੂੰ ਕਹਿੰਦੇ ਆ ਕਿ ਤੁਸੀਂ ਇੱਥੇ ਗੱਡੀਆਂ ਖਿਲਾਰੋ, ਪਰ ਅਸੀਂ ਖਿਲਾਰੀਏ ਕਿੱਦਾਂ? ਗੱਡੀ ਦੇ ਉੱਤੇ ਚੜ ਸਵਾਰੀ ਕਿੱਥੋਂ ਚੜਾ ਲਈਏ? ਸਵਾਰੀ ਦੇ 52 ਸੀਟਾਂ ਵਾ ਅਤੇ 150 ਗੱਡੀ ਦੇ ਸਵਾਰੀ ਦੇ ਅਸੀਂ ਅੱਗੇ ਖਾਂਡੇ ਹਾਂ। ਇਸ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ 10,000 ਸਾਡੀ ਮੰਗ ਆ ਪਬਲਿਕ ਦੇ ਹਿਸਾਬ ਨਾਲ, ਪਬਲਿਕ ਦੇ ਹਿਸਾਬ ਨਾਲ ਸਾਨੂੰ ਤਾਂ 10,000 ਗੱਡੀ ਚਾਹੀਦੀ ਆ ਅਤੇ ਸਾਡਾ 2407 ਦਾ ਥਲੀਟ ਹੀ ਨਹੀਂ ਪੂਰਾ ਹੁੰਦੇ ਅਤੇ 10,000 ਕਿੱਥੋਂ ਦੇ ਦੇਣੀ ਇਹਨਾਂ? ਅਸੀਂ ਚਾਹੁੰਦੇ ਹਾਂ ਕਿ ਇਹ ਗੱਡੀਆਂ ਪੰਜਾਬ ਰੋਡ ਚਲਾਉਣ, ਪੰਜਾਬ ਰੋਡ 'ਚ ਬੰਦੇ ਪੱਕੇ ਕਰਨ ਅਤੇ ਇਹ ਮੁਨਾਫੇ ਵਾਲਾ, ਕਿਉਂਕਿ ਆਪ ਮੰਨੇ ਆਏ ਕਿ ਇੱਕ ਦਿਨ ਦਾ ਸਾਨੂੰ 53 ਲੱਖ ਦਾ ਵਾਧਾ ਪਿਆ ਜੇ ਅਸੀਂ 220 ਗੱਡੀਆਂ ਫੜੀਆਂ ਅਸੀਂ ਦੇ ਟੈਕਸ ਤੋਂ ਬਗੈਰ, ਅਤੇ ਕਿੰਨੀ ਗੱਡੀ ਚੱਲਣ ਡੀ ਆ? ਕਿਉਂ ਨਹੀਂ ਇਹ ਮੁਨਾਫਾ ਅਤੇ ਕਿਉਂ ਨਹੀਂ ਪੰਜਾਬ ਰੋਡ ਨੂੰ ਚਲਾਇਆ ਜਾਂਦਾ? ਕਿਉਂ ਨਹੀਂ ਬੰਦੇ ਪੱਕੇ ਕੀਤੇ ਜਾਂਦੇ? ਇਸ ਕਰਕੇ ਅਸੀਂ ਸਰਕਾਰ ਕੋਲ ਸਾਡੀ ਮੰਗ ਆ ਕਿ ਇਹ ਜਿਹੜੇ ਬੰਦੇ 15-15 ਸਾਲ ਹੋ ਗਏ ਆ, ਇਹਨਾਂ ਨੂੰ ਪੱਕਿਆਂ ਕਰਨ, ਪੱਕਿਆਂ ਕਰਕੇ, ਕਿਉਂਕਿ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਆਊਟਸੋਰਸ ਉੱਤੇ ਤਲਵਾਰ ਲਟਕਦੀ ਰਹਿੰਦੀ ਆ, ਮੈਂ ਮੇਰੇ ਕੋਲ ਪਾਵਰ ਆਊਗੀ ਅਤੇ ਮੈਂ ਇਹਨਾਂ ਨੂੰ ਪੱਕਿਆਂ ਕਰਕੇ ਜਾਊਂਗਾ, ਉਹਨਾਂ ਦਾ ਤਾਂ ਵਿੱਚ ਨਾਂ ਹੀ ਨਹੀਂ ਹੈਗਾ। ਇਹ ਕਰਕੇ ਅਸੀਂ ਸਰਕਾਰ ਨੂੰ ਕਹਿੰਦੇ ਹਾਂ ਇਹ ਬੰਦੇ ਜਿਹੜੇ 15-15 ਸਾਲ ਹੋ ਗਏ ਆ, ਮੁਨਾਫੇ ਵਾਲਾ ਦਾਰਾ ਵਾ, ਇਹਨੂੰ ਗੱਡੀਆਂ ਪਾ ਕੇ ਅਤੇ ਬੰਦੇ ਮਰਚ ਕੀਤੇ ਜਾਣ। ਇਸ ਕਰਕੇ ਸਰਕਾਰ ਨੂੰ ਸਾਡੀ ਜੇ ਨਾ ਕੀਤਾ ਤਾਂ 23 ਤਰੀਕ ਨੂੰ ਸਾਡੀ ਇਹ ਮਨ ਮਿੱਥੇ ਸਮੇਂ ਦੀ ਹੜਤਾਲ ਆ ਅਤੇ ਖੁੱਲੂਗੀ ਉਦੋਂ ਜਦੋਂ ਨੋਟੀਫਿਕੇਸ਼ਨ ਹੋਊਗਾ, ਕਿਉਂਕਿ ਇਹਨਾਂ ਦੇ ਲਾਰਿਆਂ ਦੇ ਨਾਲ ਅਸੀਂ ਖੋਲ੍ਹ ਦਿੰਦੇ ਹਾਂ ਅਤੇ ਫਿਰ ਅਸੀਂ ਥੋੜ੍ਹਾ ਤੁਰ ਪੈਂਦੇ ਹਾਂ ਕਿ ਚਲੋ ਕਰ ਦੇਣਗੇ, ਫਿਰ ਸਰਕਾਰ ਦਾ ਫਿਰ ਉਹੀ ਰਵੱਈਆ ਹੁੰਦਾ। ਇਸ ਕਰਕੇ 24 ਤਰੀਕ ਨੂੰ ਤਾਂ ਸਾਡੀ ਆ ਅਣਮਿੱਥੇ ਦੀ ਹੜਤਾਲ ਅਤੇ 23 ਨੂੰ ਅਣਮਿੱਥੇ ਸਮੇਂ ਦੀ ਹੜਤਾਲ ਅਤੇ 24 ਨੂੰ ਮੁੱਖ ਮੰਤਰੀ ਸਾਹਿਬ ਦੇ ਰੋਸ ਰੈਲੀ ਕਰਾਂਗੇ ਜਿੱਦਾਂ ਅਸੀਂ ਸ਼ਿਸ਼ਵਾ ਫਾਰਮ 'ਤੇ ਮੁੱਖ ਮੰਤਰੀ ਦਾ ਕੀਤਾ ਸੀ, ਅਤੇ ਅਸੀਂ ਵੀ ਜਿਹੜਾ ਇਹਨਾਂ ਦਾ ਉੱਥੇ ਜਿੱਥੇ ਵੀ ਹੋਊਗੀ ਰਿਹਾਇਸ਼, ਜੇ ਇਹਨਾਂ ਦੀ ਮਰਿੰਡੇ ਹੋਊਗੀ ਜਾਂ ਚੰਡੀਗੜ੍ਹ ਹੋਊਗੀ, ਕਿਤੇ ਵੀ ਆਪਾਂ ਕਰ ਸਕਦੇ ਹਾਂ ਅਤੇ ਰੋਡ ਵੀ ਜਾਮ ਕਰ ਸਕਦੇ ਹਾਂ, ਕਿਉਂਕਿ ਅਸੀਂ ਕੰਮ ਕਰਦੇ ਹਾਂ, ਅਸੀਂ ਦਾਰੇ ਦੇ ਵਿੱਚ ਇਹਨਾਂ ਨੂੰ 1 ਕਰੋੜ ਰੁਪਈਏ ਦਾ ਮੁਨਾਫਾ ਦਿੱਤਾ ਵਾ ਅਤੇ ਫਿਰ ਵੀ ਸਾਨੂੰ ਪੱਕਿਆਂ ਨਾ ਕਰਦੇ, ਫਿਰ ਤਾਂ ਬੜੀ ਸ਼ਰਮਨਾਕ ਗੱਲ ਮੈਂ ਤਾਂ ਕਹੂੰਗਾ। ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਹਾਂ ਵੀ ਅਸੀਂ ਜਿਹੜਾ ਪੰਜਾਬ ਰੋਡ ਵਿੱਚ ਪਨਬਸ ਦੇ ਵਿੱਚ ਸਾਨੂੰ ਕੱਚੇ ਮੁਲਾਜ਼ਮਾਂ ਨੂੰ ਰੱਖਿਆ ਗਿਆ 15 ਸਾਲ ਤੋਂ, ਸਰਕਾਰ ਨੇ ਜੋ ਹੁਣ ਐਕਟ ਬਣਾਇਆ ਵਾ ਉਹ ਸਾਡੇ ਵਿੱਚ ਨਹੀਂ ਆਉਂਦਾ ਅਤੇ ਸਾਡੇ ਕਰਮਚਾਰੀ ਜਿੰਨੇ ਵੀ ਆ ਉਹ ਸੈਕਟ 'ਚ ਨਹੀਂ ਆਉਂਦੇ। ਅਸੀਂ ਜਿਹੜੀ ਸੇਵਾ ਵਾ 10-15 ਸਾਲ ਕੀਤੀ ਆ, ਦੋ ਇੱਕ ਵਾਰੀ ਸਾਡੇ ਨਾਲ ਟੈਸਟ ਲੈ ਲਿਆ ਵਿੱਚ, ਅਤੇ ਹੁਣ ਸਾਨੂੰ ਆਉਂਦੇ ਵੀ ਟੈਸਟ ਵੀ ਤੁਹਾਡਾ ਜਿਹੜਾ ਕੰਟਰੈਕਟ ਦੇ ਬੰਦੇ ਕੀਤੇ ਗਏ ਆ ਉਹ ਵੀ ਉਹ ਘੇਰੇ 'ਚ ਨਹੀਂ ਆਉਂਦੇ, ਤਾਂ ਅਸੀਂ ਸਰਕਾਰ ਦੇ ਖਿਲਾਫ ਜਿਹੜਾ ਹੁਣ ਇਹ ਰੋਸ ਮੁਜ਼ਾਹਰਾ ਅੱਜ ਤੋਂ ਫੇਸ ਸ਼ੁਰੂ ਕੀਤਾ, ਅੱਜ ਅਸੀਂ ਗੇਟ ਰੈਲੀ ਕੀਤੀ ਆ, ਇਸ ਤੋਂ ਬਾਅਦ ਜਿਹੜੀ ਸਾਡੀ ਸਟ੍ਰਾਈਕ ਆ ਉਹ 23 ਤਰੀਕ ਤੋਂ ਲਾਗੂ ਹੋਊਗੀ, ਅਣਮਿੱਥੇ ਸਮੇਂ ਦੀ ਹੜਤਾਲ ਕਰਾਂਗੇ ਜਿੰਨਾ ਕੁ ਦਿਨਾਂ ਤੱਕ ਸਾਡੀ ਸਰਕਾਰ ਇਹ ਸੁਣਵਾਈ ਨਹੀਂ ਕਰੂਗੀ, ਸਾਡੇ ਕੱਚੇ ਕੰਮ ਇਹ ਪੱਕੇ ਨਹੀਂ ਕਰਦੀ, ਤਾਂ ਸਾਡੀ ਹੜਤਾਲ ਜਿਹੜੀ ਹੈ ਜਾਰੀ ਰਹੂਗੀ 23 ਤਰੀਕ ਤੋਂ। मेडिकोम आयुर्वेदिक सेंटर, यहाँ पर आपको मिलेगा हर मुश्किल का हल, जैसे कि मर्दाना कमजोरी, औरतों और पुरुषों के गुप्त रोग, बे औलाद, फालतू चर्बी, बढ़ा हुआ पेट, घटाएं,
बवासीर और आपको मिलेगी हर प्रकार की आयुर्वेदिक दवाइयाँ। मेडिकॉम आयुर्वेदिक सेंटर, दीप कॉम्प्लेक्स ऑपोजिट दुआबा शोरूम, कोट रोड, अमृतसर, रोजाना मिल 6 बजे तक।